ਸਤਿ ਗੁਰੂ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇੱਕ ਵਿਚਾਰ ਚੱਲਦੀ ਸੀਗੀ ਦਿਮਾਗ ਦੇ ਵਿੱਚ ਤੇ ਚਲੋ ਮੈਂ ਕਿਹਾ ਸਾਰਿਆਂ ਨਾਲ ਹੀ ਸਾਂਝੀ ਕਰਦੇ ਆਂ ਅੱਜ ਚੰਗੀ ਲੱਗੀ ਤੇ ਤੁਹਾਨੂੰ ਵੀਰੋ ਤੇ ਵਧੀਆ ਜੇ ਨਾ ਚੰਗੀ ਲੱਗੀ ਤੇ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸੌਰੀ ਆ ਜੀ ਮਾਫੀ ਕਰਦੇ ਹੋ ਮaaf ਕਰ ਦਿਓ ਜਾਨੀ ਤੇ ਜਦੋਂ ਇਨਸਾਨ ਇਸ ਦੁਨੀਆ ਦੇ ਤੋਂ ਚਲ ਜਾਂਦਾ ਆਪਣੇ ਸੰਸਾਰਿਕ ਯਾਤਰਾ ਨੂੰ ਪੂਰੇ ਕਰਦੇ ਹੋਏ ਤੇ ਪਰਿਵਾਰ ਨਾਲ ਮਿਲ ਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰਾ ਹੀ ਪਰਿਵਾਰ ਅਰਦਾਸ ਬੇਨਤੀ ਕਰਦਾ ਹੈ ਤੇ ਇਹ ਜਿਹੜਾ ਮਨੁੱਖਾ ਜਨਮ ਲੈ ਕੇ ਇਸ ਇਨਸਾਨ ਦੁਨੀਆ ਤੇ ਆਇਆ ਹੀ ਚੰਗੇ ਨੇਕ ਕੰਮ ਕਰਕੇ ਗਿਆ ਤੇ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਜੀ ਤੇ ਇਸ ਅਰਦਾਸ ਤੋਂ ਬਾਅਦ ਦੇ ਵਿੱਚ ਸਾਰਾ ਹੀ ਪਰਿਵਾਰ ਆਪਣੀ ਦਹਾਂ ਨੌ ਦੀ ਕੀਰਤਕ ਮਾਇਚੋ ਸੇਵਾ ਦਿੰਦਾ ਆ ਤੇ ਜੋ ਕਿ ਉਹ ਸੇਵਾ ਸਾਰੇ ਧਾਰਮਿਕ ਸਥਾਨ ਜਿੰਨੇ ਵੀ ਪਿੰਡ ਦੇ ਵਿੱਚ ਬਣੇ ਹੁੰਦੇ ਆ ਤੋਂ ਸਾਰੇ ਧਾਰਮਿਕ ਸਥਾਨਾਂ ਨੂੰ ਇਹ ਸੇਵਾ ਪਹੁੰਚਦੀ ਆ ਤੇ ਯਾਤਰਾ ਕਰਨ ਵੇਲੇ ਉਹ ਇਨਸਾਨ ਸ਼ਮਸ਼ਾਨ ਘਾੜ ਦੇ ਵਿੱਚ ਜਾਂਦਾ ਜਾਨੀ ਅਸਲੀ ਘਰ ਦੇ ਵਿੱਚ ਜਾਂਦਾ ਤੇ ਬਹੁਤ ਉਹਦੇ ਆਲੇ ਦੁਆਲੇ ਕੂੜੇ ਦੇ ਢੇਰ ਕੁਛ ਨਾ ਕੁਛ ਖਿਲਰਿਆ ਹੁੰਦਾ ਤੇ ਬਹੁਤ ਜਿਹੜੇ ਭੈਣ ਭਰਾ ਆਏ ਹੁੰਦੇ ਆ ਚੰਗਾ ਜਾਂ ਨਹੀਂ ਲੱਗਦਾ ਤੇ ਮੈਂ ਕਹਿੰਦਾ ਜਿੰਨੇ ਵੀ ਸੇਵਾ ਧਾਰਮਿਕ ਸਥਾਨਾਂ ਨੂੰ ਪਹੁੰਚਦੀ ਆ ਤੋ ਆਪੋ ਆਪਣੀ ਸੇਵਾ ਦੇ ਵਿੱਚੋਂ ਥੋੜੀ ਥੋੜੀ ਸੇਵਾ ਕੱਢ ਕੇ ਤੇ ਇੱਕ ਸ਼ਮਸ਼ਾਨ ਘਾੜ ਦੇ ਵਿੱਚ ਬੰਦਾ ਰੱਖਣ ਤੇ ਉਹ ਜਿਹੜਾ ਸਾਫ ਸਫਾਈ ਰੱਖੇ ਤੇ ਜਿਹੜਾ ਕਿ ਇਹ ਇਨਸਾਨ ਦੁਨੀਆ ਤੋਂ ਗਿਆ ਵਾ ਯਾਤਰਾ ਦੇ ਵਿੱਚ ਜਿਹੜੇ ਸਾਰੇ ਹੀ ਭੈਣ ਭਰਾ ਜੁੜਦੇ ਆ ਤੋਂ ਸਾਰਿਆਂ ਨੂੰ ਚੰਗਾ ਲੱਗੇ ਨਾਲੇ ਆਪਾਂ ਨੇ ਸਾਰੇ ਪਿੰਡਾਂ ਨੂੰ ਚੰਗਾ ਲੱਗੇ ਤੇ ਮੇਰੇ ਇਹ ਹੱਥ ਜੋੜ ਕੇ ਬੇਨਤੀ ਆ ਸਾਰੀਆਂ ਹੀ ਕਮੇਟੀਆਂ ਦੇ ਮੋਹਰੇ ਤੇ ਇੱਕ ਬੰਦਾ ਜ਼ਰੂਰ ਰੱਖਣ ਜਿਹਦਾ ਸ਼ਮਸ਼ਾਨ ਘੜ ਦੇ ਜਿਹੜਾ ਸਾਫ ਸਫਾਈ ਰੱਖੇ ਜੀ